लो जी भाई पहुँच गए शाहकोट एरिए दे विच। इत्थे भी कणक दा पंजाब दे विच तां बहुत ज़्यादा कणक गिरी हुई आ, जमें बिछ गईआं कणकां। बहुत कहिंदा भाव बुरा हाल होया पिआ इधर मोटर ते खड़े ते भजन भाई चाह पी रहे हैं। चाह पी रहे हैं जी, पंजाब वाली चाह ग्लास स्टील दा चल पिआ हुण। होर मनी मेले करके रश पूरा जी। वाहेगुरु वाहेगुरु वाहेगुरु। हाँ जी हाँ, विसाखी करके भाई जी रौनक मेला पूरा है, भीड़ बहुत आई। सामने का पे रश पूरा भाई, विसाखी करके पूरा रश आई है। चौदह तरीक हो गई भारतीय एंट्री पंजाब की। लो जी पंजाब और हरियाणा का बॉर्डर। चलो चलो टूर लगे नहीं है भाई, टूर लगे नहीं है, लगता नहीं इधर। देख ला पंजाब की एंट्री होगी, टूर लगने बंद हो गए। ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਸਵਾਗਤ ਆ ਜੀ ਆਪਣੇ ਇੱਕ ਹੋਰ ਨਵੇਂ ਬਲੌਗ 'ਚ। ਲਓ ਜੀ ਅੱਜ 14 ਤਰੀਕ ਹੋ ਗਈ ਭਾਰਤੀ ਐਂਟਰੀ ਪੰਜਾਬ ਦੀ। ਆ ਬਾਰਡਰ ਆ ਕੇ ਦਿਖਾ ਦੇ ਪੰਜਾਬ ਹਰਿਆਣੇ ਦਾ। ਲਓ ਜੀ ਪੰਜਾਬ ਔਰ ਹਰਿਆਣੇ ਦਾ ਬਾਰਡਰ। ਚਲੋ ਚਲੋ ਭਾਈ ਟੂਰ ਲੱਗਿਆ ਨਹੀਂ ਹੈਗਾ, ਲੱਗਦਾ ਨਹੀਂ ਇੱਧਰ। ਦੇਖ ਲਾ ਪੰਜਾਬ ਦੀ ਐਂਟਰੀ ਹੋ ਗਈ, ਟੂਰ ਲੱਗਣੇ ਬੰਦ ਹੋ ਗਏ। ਹੋਰ ਜਿਹੜਾ ਰਾਜਸਥਾਨ ਹਰਿਆਣਾ ਸਾਰੇ ਲੱਗੇ ਆ, ਆਉਂਦੇ ਆ ਕੇ ਲੱਗੇ ਹੈਗੇ, ਲੱਗੇ ਹੀ ਨਹੀਂ ਹੈਗਾ। ਦੇਖ
ਜੀ ਆਪਣੇ ਏਰੀਏ 'ਚ ਪਹੁੰਚ ਗਏ ਉਰੇ ਤੇ ਸਰਹੰਦ ਹੈਗਾ 6 ਕਿਲੋਮੀਟਰ ਰਹਿ ਗਿਆ ਇਹ ਵੀਰ ਆਪਣਾ ਫਤਿਹਗੜ੍ਹ ਸਾਹਿਬ ਤੋਂ ਹੁਣ ਵੀਡੀਓ ਦੇਖਦਾ ਹੋਰ ਵੀਰੇ ਕਿਹਾ ਇਹ ਬਾਈ ਨੇ ਪਾਲੀ ਛੱਡ ਜਾਂਦੇ ਨੇ ਮਸ਼ੀਨ ਦੇਖ ਕੇ ਪਛਾਣ ਕੇ ਘੁਮਾ ਕੇ ਇੱਧਰ ਨੂੰ ਫੇਰ ਲਿਆ ਹੋਰ ਵੀ ਤੈਨੂੰ ਮਸ਼ੀਨ ਦੀ ਕਿਵੇਂ ਪਛਾਣ ਆ ਗਈ ਮੈਂ ਮਸ਼ੀਨ ਦੀ ਪਛਾਣ ਹੈ ਬਾਕੀ ਬਾਈ ਬੈਠੇ ਦਾ ਸਾਈਡ ਪਰ ਲਾ ਰਹੀ ਝੰਡੀ ਦਿੱਤੀ ਕੌਣ ਨੀ ਜਾਣਦਾ ਹੁਣ ਕੱਖ ਨਹੀਂ ਸਹੀ ਗੱਲ ਆ ਬਾਹਰੀ ਝੰਡੀ ਨਾਲ ਪਛਾਣ ਹੋ ਗਈ मशीन ने बहुत साथ दिता मशीन है मशीन है टैंक भर के हॉर्न मारना खड़े हॉर्न सोचे चक्कर ਭਈਏ ਨੇ ਕਿਆ ਕਰਿਆ ਕਾਲੀ ਜੀ ਟੈਂਕ ਪਤਾ ਹੀ ਦਾਣੇ ਚੜ੍ਹਦੇ ਗੁਜਰਾਤ ਚ ਤੈਨੂੰ ਪਤਾ ਵੀ ਵੱਟਾਂ ਥੋੜ੍ਹੀ ਥੋੜ੍ਹੀ ਜਗ੍ਹਾ ਵੱਟਾ ਹੈ ਹਾਂ ਬਸ ਉਹ ਟਰੈਕਟਰ ਵਾਲਾ ਨੇ ਭਜਾ ਰਿਹਾ ਮਸ਼ੀਨ ਦੇ ਜਿਵੇਂ ਖੂਜੇ ਉਹਨੂੰ ਅੱਗ ਜਿਹਾ ਲੱਗਿਆ ਕਹਿੰਦਾ ਹੋਣਾ ਉਹ ਪਾਲਾ ਟਾਇਰ ਵੱਟ ਵਜਾ ਇੱਧਰ ਬਾਕੀ ਗੱਲਬਾਤ ਮੇਰਾ ਸੀਜ਼ਨ ਚੱਲ ਪਿਆ ਹੁਣ ਵੀ ਦੇਖ ਲਾ ਫੋਨ ਤੇ ਕਈ ਬਾਈ ਆਪਣੀ ਵੀਡੀਓ ਦੇਖਦੇ ਆ ਪਤਾ ਨੀ ਕਿੰਨੇ ਕੁ ਬਾਈਆਂ ਨੇ ਦੇਖ ਕੇ ਫੋਨ ਕਰਿਆ ਰਸਤੇ ਚ ਸੌਰੀ ਬਾਈ ਉਹਦੇ ਵਾਸਤੇ ਫੋਨ ਨੀ ਚੱਕ ਹੋਇਆ ਉਹਨੂੰ ਪਤਾ ਰਾਜੀ ਦੇ ਫਿਣਸੀ ਜਿਹੀ ਹੋਈ ਰਿਹਾ ਇਹਦੇ ਟੈਟੂ ਹੋਈ ਤੇ ਇਹ ਜਾਣਾ ਸੀਟ ਮੈਂ ਕਹਿੰਦਾ ਟੈਂਕਾ ਜਾਣਾ ਕੜਾਓ ਜਾਂਦੇ ਹਾਂ ਉਹ ਕੜਾਓ ਜੀ ਵਾਲੀ ਉਹ ਆ ਕੱਲ ਦਾ ਹਾਂ ਕੱਲ ਦਾ ਬਹੁਤ ਔਖਾ ਸੀ ਮੈਨੂੰ ਬੈਠਣ ਨਹੀਂ ਦਿੱਤਾ ਮੈਂ ਨਹੀਂ ਨੂੰ ਰਹਿਣ ਦੇ ਦੇਖੋ ਰਾਤ ਨੂੰ ਉਹੀ 2:30 ਵਜੇ ਖੜਾਉਣਾ ਆ ਗਏ ਜੇ ਪਹਿਲਾਂ 5-6 ਵਜੇ ਵੇਖ ਕੋਈ 2-2.5 ਘੰਟੇ ਉਹ ਚ ਬੜੀ ਇੰਨੀ ਨੀਂਦ ਆਉਂਦੀ ਹੈ ਘੰਟਾ ਤੋਂ ਲੱਗ ਜਾਂਦਾ ਉਹੀ ਕੁਝ ਲੱਗੀ ਜਾਂਦਾ ਜਿਵੇਂ ਹਿੱਲਦੇ ਆਉਂਦੇ ਨਾ ਘੰਟਾ ਤੋਂ ਸੈਟਲਮੈਂਟ ਜਿਹਨੂੰ ਲੱਗ ਜਾਂਦਾ ਹਾਂ ਮੂੰਹ ਹੱਥ ਧੋ ਕੇ ਤਿਆਰੀ ਕਰਦਾ ਜਾਂਦਾ ਲੱਗ ਜਾਂਦਾ ਫਿਰ ਮੱਦੇ ਨੂੰ ਟੈਂਸ਼ਨ ਆ ਜਾਂਦੀ ਤੁਰਨਾ ਤੁਰਨਾ ਹਾਂ ਬਸ ਉਹੀ ਗੱਲ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਬਹੁਤ ਵੱਡੀ ਚੀਜ਼ ਆ ਸਭ ਨਾਲ ਬੜੀ ਗੱਲ ਆਈ ਹੈ ਮਾਰ ਨਾਲ ਉਹ ਨਾ ਫੇਰ ਵੀ ਨਹੀਂ ਕਰਦਾ ਸਾਰੇ ਕਾਸ ਦੀ ਟੈਂਸ਼ਨ ਵਾਲੀ ਚੀਜ਼ ਸੀ ਵੀ ਅੱਗੇ ਸਾਰਾ ਸਾਰਾ ਅੱਗੇ ਮਾਲਕ ਨਾਲ ਹੋਵੇ ਕੋਈ ਟੈਂਸ਼ਨ ਨੀਂਦ ਆਉਂਦੀ ਆ ਖੜਾ ਲਾ ਮਾਲਕ ਨੂੰ ਪਤਾ ਲੱਗਦਾ ਵੀ ਮੇਰੇ ਪਈ ਮੇਰੇ ਕੋਲੇ ਬਾਈ ਮੈਨੂੰ ਪਤਾ ਆ ਕੰਨਾਂ ਦਾ ਕਿਹਦੇ ਮਾਂ ਦੇ ਆਇਆ ਹੋਈ ਵੀ ਆਇਆ ਨਹੀਂ ਕਿਤੇ ਖੜ ਗਿਆ ਝੂਠ ਬੋਲਦਾ ਆਹ ਚੀਜ਼ ਦਾ ਬੜਾ ਬੜਾ ਗੱਲ ਆਈ ਜੀ ਹੁਣ GPS ਲੱਗਿਆ ਹੋਇਆ ਤੁਹਾਨੂੰ ਜੀ ਅੱਛਾ ਅੱਛਾ ਹਾਂ ਕਿਵੇਂ ਤੱਕ ਰੋਲਾ ਜੀ ਬਾਕੀ ਬੰਦੇ ਬੜੇ ਹਾਂ ਬੰਦੇ ਦਾ ਆਪਣੇ ਇੱਕ ਮਾਨਦਾਰੀ ਬਹੁਤ ਦਸ ਵੀ ਕਹਿੰਦਾ ਗਏ ਦੱਸਣਗੇ ਬਹੁਤ
खेत दगा के लाने खेत है नाप इन देखना सी अपना पहला दवा अपना फिर जानकू दसना फिर जाके खेत आने वाले घूम दिया रोटी खाने बोल इनी रूह भटनी रोटी पानी ए चीज बहुत रोटी लोकल दिन खानिया फिर बंद लोकल मशीन में जाने अगे सू 15-20 दिन लाने बहुत औखे हो 2.5 महीने सू पता भी नहीं लगे मन मान चीज एक और है ना हूँ 5-4 दिन तो होगी हमको क्या कर रहे हो जिथे मर्जी मिल जाए ਬੈਠਾ ਬਾਬ
ਠੀਕ ਹੈ ਲਓ ਜੀ ਬਾਈ ਜੀ ਪਹੁੰਚ ਗਏ ਫਤਿਹਗੜ੍ਹ ਸਾਹਿਬ ਜੀ ਬਾਕੀ ਦੇ ਮੇਲੇ ਕਰਕੇ ਰਸ਼ ਪੂਰਾ ਜੀ ਵਾਹਿਗੁਰੂ 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 ਹਾਂਜੀ ਹਾਂ ਵਿਸਾਖੀ ਕਰਕੇ ਬਾਈ ਜੀ ਰੌਣਕ ਮੇਲਾ ਪੂਰਾ ਭੀੜ ਬਹੁਤ ਆ ਜੀ ਸਾਹਮਣੇ ਕਰ ਦਿਓ ਰਸ਼ ਪੂਰਾ ਬਾਈ ਵਿਸਾਖੀ ਕਰਕੇ ਪੂਰਾ ਰਸ਼ ਆ ਜੀ ਹੈ ਕਰਦਾ ਕਰਦਾ ਚੜਿਆ ਵਾ ਬਾਚੇ ਜੇ ਹੋ ਜਾਂਦੇ ਬਾਈ ਫਰਕ ਪੈ ਜਾਂਦਾ ਹੈ ਮੋਤੀ ਰਾਮ ਮਹਿਰਾ ਦਾ ਗੁਰਦੁਆਰਾ ਆ ਗਿਆ ਜੀ ਜਿੱਥੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਤਾ ਮੋਤੀ ਰਾਮ ਮਹਿਰਾ ਜੀ ਨੇ ਆ ਗਿਆ ਜੀ ਬਾਬਾ ਜੀ ਦਾ ਗੁਰਦੁਆਰਾ ਇੱਥੇ ਬਾਈ ਜੀ ਚਾਹ ਦਾ ਲੰਗਰ ਨਹੀਂ ਦੁੱਧ ਦਾ ਹੀ ਲੰਗਰ ਮਿਲੂਗਾ 24 ਘੰਟੇ ਆ ਗਿਆ ਮੋਤੀ ਰਾਮ ਮਹਿਰਾ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਆਪਣੇ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਲਓ ਜੀ ਬਾਈ ਪਹੁੰਚ ਗਏ ਸ਼ਾਹਕੋਟ ਏਰੀਏ ਦੇ ਵਿੱਚ ਬਾ ਇੱਥੇ ਵੀ ਕਣਕਾਂ ਦਾ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਣਕ ਗਿਰੀ ਪਈ ਆ ਦੇਖ ਜਮੀਂ ਵਿਛ ਗਈਆਂ ਕਣਕਾਂ ਬਹੁਤ ਕਹਿਣ ਦਾ ਭਾਵ ਬੁਰਾ ਹਾਲ ਹੋਇਆ ਪਿਆ ਇੱਧਰ ਮੋਟਰ 'ਤੇ ਖੜ੍ਹੇ ਅਤੇ ਭਜਨ ਬਾਈ ਚਾਹ ਪੀ ਰਿਹਾ ਚਾਹ ਪੀ ਰਹੇ ਜੀ ਪੰਜਾਬ ਵਾਲੀ ਚਾਹ ਗਲਾਸ ਸਟੀਲ ਦਾ ਚੱਲ ਪਿਆ ਹੁਣ ਹੋਰ ਮਨੀ ਖੁਸ਼ਬੂ ਇਹੋ ਜਿਹੀ ਆ ਜਦ ਤੇ ਪੰਜਾਬ ਚ ਬੜੇ ਆ ਆਟੋਮੈਟਿਕ ਦਿਲ ਲੱਗਦਾ ਹੋਰ ਮਨੀ ਮਾੜੀ ਮੋਟੀ ਢਿੱਲ ਮਸਦੀ ਸਭ ਚੱਕੀ ਗਈ ਹੁਣ ਅੱਜ ਦਿਲ ਮੈਂ 5 ਰੋਟੀਆਂ ਖਾ ਗਿਆ ਇੰਨਾ ਫਰਕ ਆ ਹੋਰ ਮਨੀ ਠੀਕ ਆ ਚਲਾਈਏ ਫੇਰ ਕੱਲੂ ਕੰਮ ਹੈ ਚਲਾਉਣਾ ਹੀ ਪੈਣਾ ਕਣਕਾਂ ਦਾ ਹੁਣ ਬਾਈ ਸਾਡੇ ਕਸਟਮਰ ਆ ਜਿਹੜੇ ਉਹ ਤਾਂ ਕਹਿੰਦੇ ਵੀ ਆ ਜਾਓ ਹੁਣੇ ਪਰ ਅਜੇ ਥੋੜਾ ਜਿਹਾ ਆਪ ਰੋਕਣੇ ਪੈਂਦੇ ਆ ਕਿ ਪੱਕੇ ਬੰਦੇ ਆਪਣੇ ਦਾ ਨਾ ਕਣਕਾਂ ਵੀ ਨੀ ਗੇਰਤੀ ਆ ਤੁਸੀਂ ਬਹੁਤ ਸਪਰੇ ਪਾ ਪਾ ਕੇ ਨਹੀਂ ਸਪਰੇ ਨੀ ਬਾਈ ਮੌਸਮ ਬਹੁਤ ਖਰਾਬ ਰਿਹਾ ਚਾਰ ਕੁ ਦਿਨ ਹਾਂ ਹਨੇਰੀ ਵੀ ਬਹੁਤ ਸੀਗਾ ਮੌਸਮ ਨੇ ਕੰਮ ਖਰਾਬ ਕਰਤਾ ਨੇ ਕੰਮ ਬਹੁਤ ਖਰਾਬ ਕੀਤਾ ਤੇ ਫਿਰ ਵੀ ਆਪਣੇ ਬਚ ਗਿਆ ਥੋੜਾ ਜਿਹਾ ਇਧਰ ਸਾਡਾ ਏਰੀਆ ਤਾਂ ਬਹੁਤ ਗਿਰਿਆ ਪਿਆ ਹੈ ਕੋਈ ਪੁਰਾਣੀ ਸਾਈਡ ਚਲ ਜਾਓ ਫਾਜ਼ਿਲਕਾ ਇਧਰੋਂ ਤਾਂ ਬਹੁਤ ਜ਼ਿਆਦਾ ਖਰਾਬ ਹੈ ਬਹੁਤ ਫਾਜ਼ਿਲਕਾ ਕਹਿੰਦਾ ਬਹੁਤ ਤੂਫਾਨ ਕਿਹੜਾ ਆਇਆ ਨਾ ਫੇਰ ਵੀ ਠੀਕ ਬਚਾਅ ਹੋ ਗਿਆ ਡਿੱਗ ਗਈਆਂ ਪਰ ਠੀਕ ਆ ਉਹਨਾਂ ਝਾੜ ਤਾਂ ਨਹੀਂ ਪਰ ਫਿਰ ਵੀ ਕੁਛ ਦੋ ਤਿੰਨ ਕੁਇੰਟਲ ਤਾਂ ਘੱਟ ਨਹੀਂ ਝਾੜ ਤਾਂ ਫਿਰ ਵੀ ਠੀਕ ਹੀ ਆ ਜਾਣਾ 20 ਬੂ ਤਾਂ ਆਏ ਜਾਣਾ ਬਾਕੀ ਚਲਾਉਂਦੇ ਆ ਕੱਲ੍ਹ ਨੂੰ ਮਸ਼ੀਨ ਫਿਰ ਬਾਕੀ ਏਰੀਏ ਦੇ ਵਿੱਚ ਹਜੇ ਮਸ਼ੀਨਾਂ ਚੱਲੀਆਂ ਟਾਮੀਆਂ ਟਾਮੀਆਂ ਕੰਮ ਹਜੇ ਸ਼ੁਰੂਆਤ ਹੀ ਹੋਈ ਆ ਬਾਕੀ ਤੁਸੀਂ ਸਾਡਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜਿਹੜਾ ਜਾਂ ਹੋਰ ਲਾਗੇ ਲਾਉਣੇ ਦਾ ਏਰੀਆ ਉੱਧਰ ਨੂੰ ਮੰਨ ਲਓ ਅੰਬਾਲੇ ਵਾਲ ਰਾਜਪੁਰੇ ਚੰਡੀਗੜ੍ਹ ਵਾਲੀ ਸਾਈਡ ਕੰਮ ਪੂਰੇ ਜ਼ੋਰਾਂ 'ਤੇ ਚੱਲਦਾ ਇਸ ਟਾਈਮ ਜਾਣੀ ਉਰੇ ਥੋੜ੍ਹਾ ਜਿਹਾ ਹਜੇ ਠੰਡਾ ਉਹਦੇ ਬਾਅਦ ਹਜੇ 2-4 ਦਿਨ ਨੂੰ ਕੰਮ ਉਰੇ ਵੀ ਪੂਰਾ ਜ਼ੋਰ ਪੈ ਜਾਣਾ
ਬਾਕੀ ਕਣਕਾਂ ਦੀ ਆਹ ਪੋਜੀਸ਼ਨ ਆ ਬਿਲਕੁਲ ਗਿਰ ਕੇ ਜਿਹੜੀ ਗਿਰ ਗਈ ਉਹਦਾ ਰਹਿ ਗਈ ਹਰੀ ਜਿਹੜੀ ਖੜੀ ਆ ਉਹ ਗਈ ਸੁੱਕ ਇਹਦੇ ਕਰਕੇ ਥੋੜ੍ਹੀ ਰੁਕਣਾ ਪੈ ਰਿਹਾ ਜ਼ਿਮੀਂਦਾਰ ਨੂੰ 5-7 ਦਿਨ ਲੇਟ ਕਰਨਾ ਪੈ ਰਿਹਾ ਕੰਮ ਚਲੋ ਠੀਕ ਹੈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਮਸ਼ੀਨ ਚਾਲੂ ਕਰਕੇ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ